ਇਸ ਤਰੀਕੇ ਦਾ ਨਾਟਕ ਲੇਖਣਾ ਫਿਰ ਉਹਨੂੰ ਡਾਇਰੈਕਸ਼ਨ ਦੇਣੀ ਮੰਚਨ ਉਹਦਾ ਕਰਨਾ ਪਹਿਲਾਂ ਤੁਸੀਂ ਚੰਡੀਗੜ੍ਹ ਮੰਚਨ ਕਰਕੇ ਆਏ ਮੈਸੇਜ ਤੋਂ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਦਰਸ਼ਕਾਂ ਨੂੰ ਕਿ ਉਹ ਦੇ ਪਾਓ 100% ਅਮ ਥੋੜਾ ਜਿਹਾ ਸਾਨੂੰ ਨਾਟਕ ਦੀ ਪ੍ਰੋਬਲਮ ਸੀ ਕਿ ਇਹ ਮਾਸ ਦਾ ਨਾਟਕ ਨਹੀਂ ਸੀ ਇਹ ਕਲਾਸ ਦਾ ਨਾਟਕ ਸੀ ਮਤਲਬ ਕਿ ਇਹ ਇਦਾਂ ਕਹੀਏ 엘ੀਟ ਦੇ ਦੇਖਣ ਵਾਲਾ ਨਾਟਕ ਹੈ ਇਹ ਲਿਖਾਈ ਇਸ ਤਰੀਕੇ ਨਾਲ ਗਿਆ ਚੰਡੀਗੜ੍ਹ ਜਿਹੜਾ ਤੁਸੀਂ ਸ਼ੋਅ ਕੀਤਾ ਪਾਤਰ ਸਾਹਿਬ ਵੀ ਦੇਖ ਕੇ ਗਏ ਮੈਨੂੰ ਲੱਗਦਾ ਸ਼ਾਇਦ ਉਹ ਤੁਹਾਡਾ ਹੀ ਇਹ ਜਾਮ ਨਾਟਕ ਆਖਰੀ ਨਾਟਕ ਸੀ ਜਿਹੜਾ ਉਹਨਾਂ ਨੇ ਦੇਖਿਆ ਹੋਣਾ ਬੈਨਮਰੀ ਬਸ ਉਹਨਾਂ ਨਾਲ ਫੋਨ ਤੇ ਗੱਲ ਹੋਈ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਐਂ ਕਰਕੇ ਪਾਤਰ ਸਾਹਿਬ ਮੇਰੇ ਕੋਲੇ ਪੈਸੇ ਹੈ ਨਹੀਂ ਮੈਂ 9 ਸਾਲ ਬਾਅਦ ਨਵੀਂ ਸਕ੍ਰਿਪਟ ਲਿਖੀ ਹੈ ਫਿਰ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਨਾਟਕ ਦੇਖਣਾ ਉਹ ਵੀ ਕਹਿੰਦੇ ਹੋ ਸਕਦਾ ਕਿ ਤੂੰ 9 ਸਾਲਾਂ ਬਾਅਦ ਨਵਾਂ ਨਾਟਕ ਲਿਖਿਆ ਹੋਵੇ ਮੈਂ ਨਾ ਦੇਖਣਾ ਵਾ ਔਰ ਪਹਿਲੇ ਦਿਨ ਦੇਖਣ ਆਇਆ ਔਰ ਪੂਰਾ ਉਹ ਇੰਜੋਏ ਕੀਤਾ ਉਹਨੇ ਕਿੰਨਾ। 9 ਸਾਲਾਂ ਦਾ ਇੰਨਾ ਵਕਫਾ ਕਿਉਂ ਲਿਆ ਗਿਆ? ਪਾਲੀ ਭੁਪਿੰਦਰ ਕੀ ਕਰ ਰਹੀ ਸੀ 9 ਸਾਲ? ਕਿਉਂ ਤੇ ਜੇ ਬੈਕ ਤੁਸੀਂ ਰੀ-ਐਂਟਰੀ ਮਾਰੀ ਆ ਤਾਂ ਉਹ ਇੰਨੀ ਜਬਰਦਸਤ ਹੈ। ਇਹਦੇ ਪਿੱਛੇ ਕੀ ਸਭ ਕੁਝ ਲੁਕਿਆ ਛੁਪਿਆ ਕੀ ਹੈ? ਇਹ ਮ Last ਨਾਟਕ 2015 ਦੇ ਵਿੱਚ ਕੀਤਾ ਦਿੱਲੀ ਰੋਡ ਤੇ ਇੱਕ ਹਾਦਸਾ। ਤਾਂ ਉਹ ਨਾਟਕ ਥੀਮ ਦੇ ਪੱਖੋਂ ਜਾਂ ਪ੍ਰੈਜੈਂਟੇਸ਼ਨ ਦੇ ਪੱਖੋਂ ਬਹੁਤ ਉੱਤੇ ਚਲਾ ਗਿਆ। ਔਰ ਕਿਸੇ ਕਿਸੇ ਨੂੰ ਰਾਈਟਰ ਦੇ ਲਈ ਚੈਲੰਜ ਹੋ ਜਾਂਦਾ ਕਿ ਉਹ ਆਪਣੇ ਰਾਈਟਰ ਦੇ ਉਸ ਵਿੱਚ ਫਸ ਜਾਂਦਾ ਕਿ ਮੈਂ ਜਦੋਂ ਵੀ ਲਿਖਣਾ ਹੈ ਇਸ ਤੋਂ ਵੱਡਾ ਨਾਟਕ ਲਿਖਣਾ। ਯਕੀਨੀ ਜਦੋਂ ਨਾਟਕ ਕੀਤਾ ਚੰਡੀਗੜ੍ਹ 3 ਦਿਨ ਅਸੀਂ ਦਰਸ਼ਕਾਂ ਨੂੰ ਕਿਹਾ ਕਿ ਯਾਰ ਸਾਨੂੰ ਸਰਕਾਰਾਂ ਨੇ ਪੈਸੇ ਨਹੀਂ ਦੇਣੇ ਤੇ ਤੁਸੀਂ ਸਾਡੇ ਲਈ ਸਰਕਾਰ ਬਣ ਜਾਓ ਸਾਨੂੰ ਥੋੜੇ ਜਿਹਾ ਪੈਸੇ ਦੇ ਦਿਓ ਅਸੀਂ ਆਪਣੇ ਕਾਰਡ ਦੇ ਉੱਪਰ ਇੱਕ QR ਕੋਡ ਛਾਪਤਾ। ਇਹ ਨਾਟਕ ਦੇਖਿਆ ਸੀ ਇਹਨਾਂ ਨੇ ਹਰਪ੍ਰੀਤ ਜੀ ਦੇਵਗਨ ਹੋਰਾਂ ਨੇ ਜਿਹੜੇ ਸਕਾਈ ਟ੍ਰੇਲ ਵਾਲੇ ਤਾਂ ਨਨਕਾ ਹੀਰੇ ਤਾਂ ਨਾਟਕ ਬਹੁਤ ਵਧੀਆ ਤੁਸੀਂ ਕਿਉਂ ਨਹੀਂ ਪਟਿਆਲੇ ਕਰਦੇ ਫਿਰ ਅਸੀਂ ਵੀ ਯੂਨੀਵਰਸਿਟੀ ਨੂੰ ਅਪੀਲ ਕੀਤੀ ਆਪਣੇ ਪ੍ਰੋਫੈਸਰ ਪੰਜਾਬੀ ডিপਾਰਟਮੈਂਟ ਨੂੰ ਕਲਾਕਾਰਾਂ ਨੂੰ ਰਾਜਨੀਤੀ ਰਾਸ ਕਿਉਂ ਨਹੀਂ ਆਉਂਦੀ ਕਿਸੇ ਕਿਸੇ ਨੂੰ ਆਈ ਹੈ ਜੇ ਆਈ ਹੈ ਤਾਂ ਬਹੁਤ ਆਈ ਹੈ ਪਰ ਜ਼ਿਆਦਾਤਰ ਨਹੀਂ ਆਉਂਦੀ ਜੇ ਤੁਸੀਂ ਰਾਜਨੀਤੀ ਵਿੱਚ ਜਾਣਾ ਤੁਹਾਨੂੰ ਕਲਾ ਦੇ ਸਾਰੇ ਐਥਿਕਸ ਛੱਡਨੇ ਪੈਣਗੇ ਤਾਂ ਉਹ ਬੰਦੇ ਹੀ ਕਾਮਯਾਬ ਹੋ ਪਾਉਂਦੇ ਆ ਬਹੁਤੇ ਕਲਾਕਾਰ ਇਹੋ ਜਿਹਾ ਸਮਝੌਤਾ ਕਰ ਨਹੀਂ ਪਾਉਂਦੇ ਜਿਵੇਂ ਕਿ ਗੁਰਪ੍ਰੀਤ ਖੁੱਗੀ ਜੀ ਨਹੀਂ ਸਮਝੌਤਾ ਕਰ पाए ਉਹ ਵਾਪਸ ਮੁੜ ਗਏ ਠੀਕ ਹੈ ਮੈਨੂੰ ਲੱਗਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਨਵਜੋਤ ਸਿੰਘ ਸਿੱਧੂ ਵੀ ਹਿੰਮਤ ਹਾਰ ਗਏ ਹੋਣਗੇ ਉਹ ਵੀ ਵਾਪਸ ਆਪਣੀ ਦੁਨੀਆ ਵਿੱਚ ਚਲੇ ਗਏ 18ਵੀਂ ਸਦੀ ਦੀਆਂ ਤੁਸੀਂ ਗੱਲਾਂ ਕਰਗੇ 20ਵੀਂ 21ਵੀਂ ਸਦੀ ਦਿਖਾ ਗਏ 21ਵੀਂ ਸਦੀ ਦੇ ਵਿੱਚ ਵੀ ਦਿਖਾ ਗਏ ਕਿ ਕਿਸ ਤਰੀਕੇ ਦੇ ਨਾਲ ਦੁਨੀਆ ਜੀ ਆਪਣੀ ਜ਼ਿੰਦਗੀ ਜੀ ਰਹੀ ਆ ਪਰ 21ਵੀਂ ਸਦੀ ਵਾਲੀ ਜਿਹੜਾ ਜੀਵਨ ਆ ਸ਼ਾਇਦ ਉਹ ਕਿਤੇ ਨਾ ਕਿਤੇ ਇਨਸਾਨ ਤੇ ਭਾਰੀ ਲੱਗ ਰਿਹਾ ਨਾਟਕ ਤੇ ਮੇਰੇ ਥੀਮ ਹੀ ਇਹੀ ਹੈ ਕਿ ਜੰਗਲ ਅਸੀਂ ਜਦੋਂ ਸਮੁੰਦਰ ਚੋਂ ਚੱਲੇ ਤਾਂ ਸਮੁੰਦਰ ਦੇ ਵਿੱਚ ਮਤਲਬ ਕਿ ਇੱਕ ਦੀ ਹੋਣਦ ਸੀਗੀ ਦੋ ਜਣੇ ਨਹੀਂ ਸੀ ਔਰਤ ਮਰਦ ਨਹੀਂ ਸੀ ਬਾਈਨਰੀਜ਼ ਨਹੀਂ ਸੀਗੀਆਂ ਇੱਕ ਅਸੀਂ ਕੋਈ ਜੀਵ ਸੀ ਔਰ ਜਦੋਂ ਉੱਥੋਂ ਨਿਕਲ ਕੇ ਜੰਗਲਾਂ ਦੇ ਵਿੱਚ ਆਏ ਉਦੋਂ ਤੱਕ ਔਰਤ ਮਰਦ ਬਣ ਚੁੱਕਿਆ ਸਾਇੰਸਿਸ ਦੇ ਵਿੱਚ ਮਾਲਕ ਫ੍ਰੈਕਸ਼ਨ ਵੱਡੀ ਕਰ ਰਹੀ ਹੈ ਉਹ ਐਕਸਪੈਰੀਮੈਂਟ ਕਰ ਰਹੀ ਹੈ ਕਿ ਔਰਤ ਦਾ ਅਰਥ ਦੇ ਇਕੱਲੇ ਨਾਲ ਸਰਜੇ ਮਰਦ ਦਾ ਮਰਦ ਨਾਲ ਸਾਜੇ ਈਵਨ ਨਕਲੀ ਟੁਆਇਜ਼ ਬਣਾਏ ਜਾ ਰਿਹਾ ਐਸੈਕਸ ਦੇ ਲਈ ਔਰ ਇਮੋਸ਼ਨਸ ਦੇ ਲਈ ਏਆਈ ਆ ਗਈ ਕਿ ਤੁਸੀਂ ਉਹਦੇ ਨਾਲ ਦਿਲ ਦੀ ਗੱਲ ਕਰ ਸਕਦੇ ਹੋ ਜਦੋਂ ਤੁਸੀਂ ਲਿਖ ਰਹੇ ਸੀ ਡਾਇਲੋਗ ਇਸ ਦੇ ਵਿੱਚ ਜੜੇ ਜਾ ਰਹੇ ਸੀ ਉਦੋਂ ਕੀ ਚੱਲ ਰਿਹਾ ਸੀ ਤੁਹਾਡੇ ਮਨ ਦੇ ਵਿੱਚ ਕੀ ਸੀਗਾ ਕਿ ਆਡੀਅנס ਐਕਸੈਪਟ ਕਰ ਲੂਗੀ ਇਹਨਾਂ ਵਰਡ ਮੈਂ ਇਸੇ ਕਰਕੇ ਸਿਨੇਮਾ ਛੱਡਿਆ ਕਿਉਂਕਿ ਸਿਨੇਮੇ 'ਚ ਉਹੀ ਕਰਨਾ ਪੈਂਦਾ ਜੋ ਆਡੀਅנס ਨੂੰ ਪਸੰਦ ਆਉਂਦਾ ਹੈ ਇੱਕ ਰਾਈਟਰ ਨੂੰ ਉਹ ਲਿਖਣਾ ਚਾਹੀਦਾ ਜੋ ਰਾਈਟਰ ਸੋਚਦਾ ਕਿ ਉਸ ਨੂੰ ਲਿਖਣਾ ਚਾਹੀਦਾ ਐਸੇ ਕਰਕੇ ਬੜਵੰਤਕਾਰ ਕੀ ਮਹਾਨਾ ਉਸ ਨੇ ਕਦੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਲੋਕ ਕੀ ਕਹਿਣਗੇ ਇੱਕ ਰਾਈਟਰ ਕਿਵੇਂ ਸੋਚ ਸਕਦਾ ਨਹੀਂ ਕਿਸਾਨੀ ਦਾ ਦਰਦ ਰੋਲੋ ਔਰਤਾਂ ਦੇ ਦੁੱਖ ਨੂੰ ਪੇਸ਼ ਕਰ ਲੋ ਇੱਥੇ ਪੰਜਾਬੀ ਨਾਟਕ ਫਸ ਕੇ ਖੜ ਜੂ ਮੈਂ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਮੈਂ ਮੰਨ ਕੇ ਨਹੀਂ ਚੱਲਿਆ ਕਿ ਮੈਂ ਪੰਜਾਬੀ ਨਾਟਕ ਲਿਖ ਰਿਹਾ ਮੈਂ ਮੰਨ ਕੇ ਚੱਲਿਆ ਕਿ ਮੈਂ ਇੱਕ ਨਾਟਕ ਲਿਖ ਰਿਹਾ ਮੈਂ ਇਹ ਸੋਚਿਆ ਹੀ ਨਹੀਂ ਕਿ ਮੈਂ ਪੰਜਾਬੀ ਦਰਸ਼ਕਾਂ ਲਈ ਲਿਖ ਰਿਹਾ ਮੈਂ ਸੋਚਿਆ ਕਿ ਮੈਂ ਦਰਸ਼ਕਾਂ ਦੇ ਲਈ ਨਾਟਕ ਲਿਖ ਰਿਹਾ ਹਾਂ ਤੁਹਾਡੀ ਵਾਪਸੀ ਹੋ ਗਈ ਹੈ ਥੀਏਟਰ ਦੇ ਵਿੱਚ ਨਵੇਂ ਨਾਟਕ ਹੋਰ ਕਿੰਨੇ ਇੱਕ ਦੇਖਣ ਨੂੰ ਮਿਲਣਗੇ ਅੱਗੇ-ਅੱਗੇ ਜਾਮ ਟੁੱਟਣ ਦੀ ਪ੍ਰੋਬਲਮ ਸੀਗੀ ਉਹ 9 ਸਾਲ ਲੱਗਿਆ ਜਾਮ ਹੁਣ ਟੁੱਟ ਗਿਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਥੀਏਟਰ ਸਾਲ ਦੇ ਵਿੱਚ ਮੇਰਾ ਟਾਰਗੇਟ ਹੈ ਮੈਂ 1 2 ਇੱਕ ਨਾਟਕ ਦੀਆਂ ਵੱਡੀਆਂ 5 7 10 ਪ੍ਰੋਡਕਸ਼ਨਾਂ ਕਰਦਾ ਰਹੂੰਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਪਾਬਨ ਦੇ ਵਿੱਚ ਬੈਠੇ ਆ ਆਡੀਟੋਰੀਅਮ ਆ ਆਡੀਟੋਰੀਅਮ ਦਾ ਮੰਚ ਹੈ ਤੇ ਮੇਰੇ ਮੰਚ ਤੇ ਨੇ ਨਾਲ ਨੇ ਮੇਰੇ ਲੇਖਕ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਜੀ ਇੱਕ ਐਸਾ ਨਾਟਕ ਦੇਖਿਆ ਨਾਟਕ ਮੈਂ ਵੀ ਬੜੇ ਸਾਲਾਂ ਬਾਅਦ ਦੇਖਿਆ ਪਰ ਐਸਾ ਨਾਟਕ ਦੇਖਿਆ ਨਾਟਕ ਦਾ ਨਾਮ ਜਾਮ ਸੀ ਬਹੁਤ ਸਾਰੀਆਂ ਸੋਚਾਂ ਨੂੰ ਜਾਮ ਵੀ ਲੱਗਿਆ ਪਾਲੀ ਭੁਪਿੰਦਰ ਕੀ ਦਿਖਾਉਣਾ ਚਾਹੁੰਦੇ ਸੀ ਇਸ ਨਾਟਕ ਦੇ ਜ਼ਰੀਏ ਤੇ ਕਿੰਨਾ ਕਿ ਇਹਨਾਂ ਨੂੰ ਲੱਗਦਾ ਕਿ ਜਿਹੜੇ ਦਰਸ਼ਕ ਨੇ ਉਹ ਸਮਝ ਕੇ ਗਏ ਨੇ ਪਾਲੀ ਜੀ ਇਸ ਤਰੀਕੇ ਦਾ ਨਾਟਕ ਲੇਖਣਾ ਫਿਰ ਉਹਨੂੰ ਡਾਇਰੈਕਸ਼ਨ ਦੇਣੀ ਮੰਚਨ ਉਹਦਾ ਕਰਨਾ ਪਹਿਲਾਂ ਤੁਸੀਂ ਚੰਡੀਗੜ੍ਹ ਮੰਚਨ ਕਰਕੇ ਆਏ ਮੈਸੇਜ ਜੋ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਦਰਸ਼ਕਾਂ ਨੂੰ ਕਿ ਉਹ ਦੇ ਪਾਓ 100% ਅਮ ਇਸ ਗੱਲ ਦਾ ਜਵਾਬ ਤਾਂ ਦਰਸ਼ਕ ਹੀ ਦੇ ਸਕਦੇ ਆ ਪਰ ਸਾਨੂੰ ਜਿਵੇਂ ਚੰਡੀਗੜ੍ਹ ਅਸੀਂ ਤਿੰਨ ਸ਼ੋਅ ਕੀਤੇ ਔਰ ਅੱਜ ਚੌਥਾ ਸ਼ੋਅ ਸੀ ਤੁਸੀਂ ਦੇਖ ਸਕਦੇ ਹੋ ਦਰਸ਼ਕਾਂ ਦੀ ਕਿੰਨੀ ਮਿਲ ਕੇ ਭਰਪੂਰ ਦਾਜ ਸੀ ਔਰ ਅਮ ਥੋੜਾ ਜਿਹਾ ਸਾਨੂੰ ਨਾਟਕ ਦੀ ਪ੍ਰੋਬਲਮ ਸੀ ਕਿ ਇਹ ਮਾਸ ਦਾ ਨਾਟਕ ਨਹੀਂ ਸੀ ਇਹ ਕਲਾਸ ਦਾ ਨਾਟਕ ਸੀ ਮਤਲਬ ਕਿ ਇਹ ਇਦਾਂ ਕਹੀਏ 엘ੀਟ ਦੇ ਦੇਖਣ ਵਾਲਾ ਨਾਟਕ ਹੈ ਇਹ ਲਿਖਾਈ ਇਸ ਤਰੀਕੇ ਨਾਲ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਅੰਗਰੇਜ਼ੀ ਸੀ ਔਰ ਫਿloਸਫੀਕਲ ਇਹਦੇ ਵਿੱਚ ਪੁਆਇੰਟ ਸੀਗੇ ਆਈਡੀਓਲੋਜੀਕਲ ਗੱਲਾਂ ਸੀ ਔਰ ਹਿਸਟਰੀ ਔਰ ਸਾਇੰਸ ਸੀ ਵੀ ਅਸੀਂ ਡਿਸਕਸ ਕਰ ਰਹੇ ਸੀ ਤਾਂ ਇੱਕ ਤਰੀਕੇ ਦੇ ਨਾਲ ਇਹ ਥੋੜਾ ਜਿਹਾ ਮਤਲਬ ਕਿ ਇੰਟੈਲੈਕਚੁਅਲ ਲੈਵਲ ਦਾ ਨਾਟਕ ਸੀ ਲੇਕਿਨ ਸਾਡੀ ਖੁਸ਼ਕਿਸਮਤੀ ਹੈ ਕਿ ਚੰਡੀਗੜ੍ਹ ਤਿੰਨ ਸ਼ੋਅ ਕੀਤੇ ਅਸੀਂ ਔਰ ਇੱਥੇ ਅਮ ਚੌਥਾ ਸ਼ੋਅ ਅੱਜ ਕੀਤਾ ਸਾਨੂੰ ਕਿਤੇ ਵੀ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਨਾਟਕ ਸਮਝ ਨਹੀਂ ਆਇਆ ਸਾਨੂੰ ਹਰ ਕਿਸੇ ਨੇ ਕਿਹਾ ਕਿ ਬਿਲਕੁਲ ਯੂਨੀਕ ਚੀਜ਼ ਹੈ ਔਰ ਕਜਾਕ ਸਾਹਿਬ ਅੱਜ ਬਹੁਤ ਇਮੋਸ਼ਨਲ ਹੋ ਕੇ ਕਹਿ ਕੇ ਗਏ ਆ ਕਿ ਪੰਜਾਬੀ ਨਾਟਕ ਦੇ ਵਿੱਚ ਇੱਕ ਬਿਲਕੁਲ ਨਵੀਂ ਚੀਜ਼ ਅਸੀਂ ਅੱਜ ਦੇਖੀ ਹੈ ਇਸ ਤੋਂ ਪਹਿਲਾਂ ਦਵਿੰਦਰ ਦਮਨ ਜੀ ਨੇ ਕਿਹਾ ਕਿ ਇੱਕ ਸਕ੍ਰਿਪਟ ਰਾਈਟਿੰਗ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਪੰਜਾਬੀ ਦੇ ਵਿੱਚ ਤਾਂ ਸਾਨੂੰ ਲੱਗਦਾ ਕਿ ਦਰਸ਼ਕਾਂ ਦਾ ਰਿਸਪੌਂਸ ਹੁਣ ਤੱਕ ਠੀਕ ਹੈ ਸਾਨੂੰ ਇਸੇ ਕਰਕੇ ਕਾਲ ਤੇ ਕਾਲ ਆ ਰਹੀ ਹੈ ਅਸੀਂ 30 ਤਰੀਕ ਨੂੰ ਚੰਡੀਗੜ੍ਹ ਹੋਰ ਸ਼ੋਅ ਕਰਨ ਜਾ ਰਹੇ ਹਾਂ ਉਹ ਵੀ ਟਿਕਟਡ ਸ਼ੋਅ ਹੈ ਹਾਊਸਫੁੱਲ ਆਲਮੋਸਟ ਹੋ ਚੁੱਕਿਆ ਹੈ ਔਰ ਸਾਨੂੰ ਅੰਮ੍ਰਿਤਸਰ ਜਲੰਧਰ ਲੁਧਿਆਣਾ ਅਸੀਂ ਇਹਦੇ ਹੋਰ ਸ਼ੋਅ ਕਰ ਰਹੇ ਹਾਂ ਦਰਸ਼ਕਾਂ ਦਾ ਰਿਸਪੌਂਸ ਹੈ ਤਾਂ ਹੀ ਹੋ ਰਿਹਾ ਕਜਾਕ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਚੰਡੀਗੜ੍ਹ ਜਿਹੜਾ ਤੁਸੀਂ ਸ਼ੋਅ ਕੀਤਾ ਪਾਤਰ ਸਾਹਿਬ ਵੀ ਦੇਖ ਕੇ ਗਏ ਮੈਨੂੰ ਲੱਗਦਾ ਸ਼ਾਇਦ ਉਹ ਤੁਹਾਡਾ ਹੀ ਇਹ ਜਾਮਨਾਟਕ ਆਖਰੀ ਨਾਟਕ ਸੀ ਜਿਹੜਾ ਉਹਨਾਂ ਨੇ ਦੇਖਿਆ ਹੋਣਾ ਉਦੋਂ ਕੀ ਗੱਲ ਹੋਈ ਸੀ ਤੁਹਾਡੀ ਉਹਨਾਂ ਦੇ ਨਾਲ ਉਹ ਉਸ ਤੋਂ ਪਹਿਲਾਂ ਮੇਰੀ ਬਸ ਉਹਨਾਂ ਨਾਲ ਫੋਨ ਤੇ ਗੱਲ ਹੋਈ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਐਂ ਕਰਕੇ ਪਾਤਰ ਸਾਹਿਬ ਮੇਰੇ ਕੋਲੇ ਪੈਸੇ ਹੈ ਨਹੀਂ ਮੈਂ 9 ਸਾਲ ਬਾਅਦ ਨਵੀਂ ਸਕ੍ਰਿਪਟ ਲਿਖੀ ਹੈ ਤੇ ਮੈਂ ਥੀਏਟਰ 'ਚ ਵਾਪਸੀ ਕਰਨੀ ਹੈ ਤੇ ਮੈਨੂੰ ਕੋਈ ਤਾਂ ਸਪਾਂਸਰਸ਼ਿਪ ਤਾਂ ਸਰਕਾਰਾਂ ਦਿੰਦੀਆਂ ਨਹੀਂ ਤੇ ਮੈਨੂੰ ਤੁਸੀਂ ਕੀ ਹੈਲਪ ਕਰ ਸਕਦੇ ਹੋ ਕਹਿੰਦੇ ਕੀ ਹੈਲਪ ਚਾਹੀਦੀ ਹੈ ਮੈਂ ਕਿਹਾ ਮੈਨੂੰ 3 ਦਿਨ ਦੇ ਲਈ ਤੁਸੀਂ ਆਪਣਾ ਕਲਾ ਭਵਨ ਦੇ ਦਿਓ ਫ੍ਰੀ ਦੇ ਵਿੱਚ ਕੋਲਾਬੋਰੇਸ਼ਨ ਦੇ ਵਿੱਚ ਤਾਂ ਉਹਨਾਂ ਦੀ ਸਕੀਮ ਸੀਗੀ ਕੋਲਾਬੋਰੇਸ਼ਨ ਵਾਲੀ ਉਹ ਕਹਿੰਦੇ ਪੱਲੀ ਯਾਰ ਤੂੰ ਥੀਏਟਰ 'ਚ ਵਾਪਸੀ ਕਰਨੀ ਹੈ ਮੇਰਾ ਵਾਸਤੇ ਚੱਲੇ ਤਾਂ ਮੈਂ ਇਹ ਕਲਾ ਭਵਨ ਤੇਰੇ ਨਾਮ ਲ ਪਰ ਕੋਈ ਨਹੀਂ ਤਿੰਨ ਦਿਨ ਤੱਕ ਕੁਝ ਵੀ ਨਹੀਂ ਔਰ ਉਹਨਾਂ ਨੇ ਉਸ ਵੇਲੇ ਪ੍ਰੀਤਮ ਰਪਾਲ ਹੋਰਾਂ ਨੂੰ ਫੋਨ ਕਰਕੇ ਕਿਹਾ ਕਿ ਇਹ ਤਿੰਨ ਦਿਨ ਦੇ ਲਈ ਓਕੇ ਕਰੋ ਤੇ ਫਿਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਨਾਟਕ ਦੇਖਣ ਆਓਗੇ ਕਹਿੰਦੇ ਹੋ ਸਕਦਾ ਕਿ ਤੂੰ 9 ਸਾਲਾਂ ਬਾਅਦ ਨਵਾਂ ਨਾਟਕ ਲਿਖਿਆ ਹੋਵੇ ਮੈਂ ਨਾ ਦੇਖਣਾ ਵਾ ਔਰ ਪਹਿਲੇ ਦਿਨ ਦੇਖਣ ਆਇਓ ਔਰ ਪੂਰਾ ਉਹ ਐਨਜੋਏ ਕੀਤਾ ਉਹਨਾਂ ਨੇ ਔਰ ਜਾਨ ਲੱਗਿਆ ਬਸ ਉਹ ਆਏ ਮੇਰੇ ਕੋਲੇ ਤੇ ਮੇਰਾ ਹੱਥ ਘੁੱਟ ਕੇ ਕਹਿੰਦੇ ਕਹਿੰਦੇ ਐਜ਼ ਐਕਸਪੈਕਟਿਡ ਇਹ ਉਹਨਾਂ ਦੇ ਲਾਸਟ ਸ਼ਬਦ ਮੈਨੂੰ ਯਾਦ ਆ ਕਿ ਐਜ਼ ਐਕਸਪੈਕਟਿਡ ਤੇ ਫਿਨਲ ਦੀ ਨਾਲ ਕਿਉਂਕਿ ਉੱਥੇ ਰਸ਼ ਸੀ ਮੇਰੇ ਕੋਲੇ ਮੈਂ ਹੋਰ ਲੋਕਾਂ ਚੁੱਲ ਗਿਆ ਤੇ ਉਹ ਚਲੇ ਗਏ। ਔਰ ਫਿਰ ਉਹ ਚਲੇ ਗਏ। ਹੈਨਾ ਮੈਂ ਬੜਾ ਕਿ ਮੈਨੂੰ ਪਰ ਇੱਕ ਇਹ ਤਾਂ ਹੈ ਕਿ ਪਾਲੀ ਭੁਪਿੰਦਰ ਨੇ 9 ਸਾਲ ਵਕਤ ਲਿਆ 9 ਸਾਲ ਬਾਅਦ ਥੀਏਟਰ ਫਿਰ ਇਸ ਤਰੀਕੇ ਦਾ ਪੇਸ਼ ਕੀਤਾ ਤੇ ਪਾਤਰ ਸਭ ਘਟੋ ਘਟ ਦੇਖ ਗਏ ਤੁਹਾਡਾ ਇਹ ਮੰਚਨ ਇਹ ਹੈ ਹਾਂ ਮੈਨੂੰ ਇਸ ਗੱਲ ਦੀ ਖੁਸ਼ੀ ਆ ਉਹਨਾਂ ਨੇ ਮੈਨੂੰ ਬਾਅਦ ਦੇ ਵਿੱਚ ਨਿਰਮਲ ਜੋੜੇ ਨੇ ਦੱਸਿਆ ਕਿ ਉਹ ਉਥੇ ਦੋ ਤਿੰਨ ਜਣੇ ਨੂੰ ਉਹਨਾਂ ਨੇ ਕਿਹਾ ਯਾਰ ਇਹ ਨਾਟਕ ਦੇਖਣ ਵਾਲਾ ਹੈ ਪ੍ਰੀਤਮ ਰਪਾਲ ਨੇ ਕਿਹਾ ਕਿ ਉਹ ਕਹਿੰਦੇ ਸੀ ਇਹ ਨਾਟਕ ਨੂੰ ਆਪਾਂ ਫੇਰ ਕਿਤੇ ਪਲਾਨ ਕਰਾਂਗੇ ਕਰਵਾਵਾਂਗੇ ਔਰ ਉਹਨਾਂ ਨੇ ਕੁਝ ਲੋਕਾਂ ਨੂੰ ਸਪੈਸ਼ਲੀ ਫੋਨ ਕਰਕੇ ਕਿਹਾ ਕਿ ਤੁਸੀਂ ਇਹ ਨਾਟਕ ਮਿਸ ਕੀਤਾ ਮੈਨੂੰ ਇਹ ਗੱਲਾਂ ਬਾਅਦ ਦੇ ਵਿੱਚ ਨਿਰਮਲ ਤੋਂ ਜਾਂ ਮੈਨੂੰ ਪ੍ਰੀਤਮ ਰਪਾਲ ਜੀ ਤੋਂ ਪਤਾ ਲੱਗੀਆਂ ਮੇਰੀ ਉਹਨਾਂ ਨਾਲ ਉਹ ਨਾਟਕ ਤੋਂ ਬਾਅਦ ਉਹ ਆਖਰੀ ਮੁਲਾਕਾਤ ਸੀ 9 ਸਾਲਾਂ ਦਾ ਇੰਨਾ ਵਕਫਾ ਕਿਉਂ ਲਿਆ ਗਿਆ ਪਾਲੀ ਭਪਿੰਦਰ ਕੀ ਕਰ ਰਹੇ ਸੀ 9 ਸਾਲ ਕਿਉਂ ਤੇ ਜਿਬੈਕ ਤੁਸੀਂ ਰੀ-ਐਂਟਰੀ ਮਾਰੀ ਆ ਤਾਂ ਉਹ ਇੰਨੀ ਜ਼ਬਰਦਸਤ ਹੈ ਇਹਦੇ ਪਿੱਛੇ ਕੀ ਸਭ ਕੁਝ ਲੁਕਿਆ ਛੁਪਿਆ ਕੀ ਹੈ ਅ ਉਹ ਕਈ ਕਾਰਨ ਹੋਗੇ ਮੈਨੂੰ ਲੱਗਦਾ ਹੈ ਕਿ ਮੈਂ ਮਾਲ ਕੇ ਕੁਝ ਘਰੇਲੂ ਮਰੀਮ ਕੁਝ ਇਹੋ ਜਿਹੀ ਉਲਝਣਾ ਸੀ ਮੈਂ ਉਹਨਾਂ ਚ ਉਲਝ ਗਿਆ ਜਾਂ ਮੇਰੀ ਇੱਕ ਹੋਰ ਵੱਡੀ ਪ੍ਰੋਬਲਮ ਇਹ ਸੀ ਕਿ ਮੈਂ ਲਾਸਟ ਨਾਟਕ 2015 ਦੇ ਵਿੱਚ ਕੀਤਾ ਦਿੱਲੀ ਰੋਡ ਤੇ ਇੱਕ ਹਾਦਸਾ ਤਾਂ ਉਹ ਨਾਟਕ ਥੀਮ ਦੇ ਪੱਖੋਂ ਜਾਂ ਪ੍ਰੈਜੈਂਟੇਸ਼ਨ ਦੇ ਪੱਖੋਂ ਬਹੁਤ ਉੱਤੇ ਚਲਾ ਗਿਆ ਔਰ ਕਿਸੇ ਕਿਸੇ ਨੂੰ ਰਾਈਟਰ ਦੇ ਲਈ ਚੈਲੰਜ ਹੋ ਜਾਂਦਾ ਕਿ ਉਹ ਆਪਣੇ ਰਾਈਟਰ ਦੇ ਉਸ ਚ ਫਸ ਜਾਂਦਾ ਕਿ ਮੈਂ ਜਦੋਂ ਵੀ ਲਿਖਣਾ ਹੈ ਇਸ ਤੋਂ ਵੱਡਾ ਨਾਟਕ ਲਿਖਣਾ ਤੋ ਉਹ ਨਾਟਕ ਮੇਰੇ ਲਈ ਇੱਕ ਸਿਆਪਾ ਜਿਹਾ ਬਣ ਗਿਆ ਮੈਂ ਉਸ ਤੋਂ ਬਾਅਦ ਜਦੋਂ ਵੀ ਲਿਖਣ ਦੀ ਕੋਸ਼ਿਸ਼ ਕਰਦਾ ਮੇਰੇ ਤੋਂ ਲਿਖਿਆ ਨਹੀਂ ਜਾਂਦਾ ਮੈਨੂੰ ਐਂ ਲੱਗਦਾ ਸੀ ਨਹੀਂ ਯਾਰ ਇਹ ਉਸ ਤੋਂ ਵੱਡਾ ਨਾਟਕ ਨਹੀਂ ਐ ਇਹ ਜਾਮ ਮੈਨੂੰ ਜਾਮ ਮੈਂ ਸ਼ਾਇਦ ਉਸ ਤੋਂ ਵੀ ਪਹਿਲਾਂ ਸ਼ੁਰੂ ਕੀਤਾ ਹੋਇਆ ਸੀਗਾ ਇਹ ਨਾਟਕ 9 ਸਾਲ ਬਾਅਦ ਪੂਰਾ ਹੋਇਆ ਲੇਕਿਨ ਇਸ ਨੂੰ ਲਿਖਦੇ ਨੂੰ ਤਾਂ ਮੈਨੂੰ ਲੱਗਦਾ ਮੈਂ ਸ਼ਾਇਦ ਇਹ ਆਪਣੇ ਉਸ ਨਾਟਕ ਤੋਂ ਵੀ 12 13 ਦਾ ਲਿਖਣਾ ਸ਼ੁਰੂ ਕੀਤਾ ਹੋਇਆ ਤੇ ਇਹ ਨਾਟਕ ਪੂਰਾ ਹੀ ਨਹੀਂ ਸੀ ਹੋ ਰਿਹਾ ਮੈਂ ਹੋਰ ਨਾਟਕ ਲਿਖਣ ਦੀ ਕਿੰਨੀ ਕੋਸ਼ਿਸ਼ ਕੀਤੀ ਉਹ ਲਿਖਿਆ ਹੀ ਨਹੀਂ ਗਿਆ ਮੈਂ ਕਹਾਂ ਕਿ ਮੇਰੇ ਤੋਂ ਲਿਖਿਆ ਨਹੀਂ ਗਿਆ ਔਰ ਕੁਝ ਮੈਂ ਫਿਲਮਾਂ ਦੇ ਵਿੱਚ ਵੀ ਔਰ ਰਾਜਨੀਤੀ ਤੌਰ ਤੇ ਵੀ ਤੁਹਾਨੂੰ ਪਤਾ ਮੈਂ ਉਧਰ ਵੀ ਐਵੇਂ ਟਾਈਮ ਵੇਸਟ ਕੀਤਾ ਤਾਂ ਮੈਂ ਉਹ ਸਾਰੇ ਕਈ ਪੰਗਿਆਂ ਦੇ ਵਿੱਚ ਉਲਝਿਆ ਹੋਇਆ ਸੀ ਫਿਰ ਮੇਰੀ ਯੂਨੀਵਰਸਿਟੀ ਮੈਂ ਚੰਡੀਗੜ੍ਹ ਚਲਾ ਗਿਆ ਔਰ ਚੰਡੀਗੜ੍ਹ theater ਕਰਨਾ ਬਹੁਤ ਮੁਸ਼ਕਲ ਹੈ ਆਰਟਿਸਟ ਸਾਰੇ ਭੇਡ ਨੇ ਔਰ ਇਹਨਾਂ ਨੂੰ ਮਿਲ ਕੇ ਕਾਫੀ ਪੈਸੇ ਦੇਣੇ ਪੈਂਦੇ ਨੇ ਔਰ ਉੱਥੇ ਤੁਹਾਨੂੰ ਰਿਹਸਲ ਨਹੀਂ ਜਗ੍ਹਾ ਨਹੀਂ ਮਿਲਦੀ ਔਰ ਉਹ ਚੰਡੀਗੜ੍ਹ ਤੇ ਬਹੁਤ ਔਖਾ theater ਕਰਨਾ ਔਰ ਮੇਰੇ ਵਰਗੇ ਬੰਦੇ ਨੂੰ ਤੁਹਾਨੂੰ ਪਤਾ ਸਰਕਾਰਾਂ ਕੋਲ ਸਪਾਂਸਰਸ਼ਿਪ ਤਾਂ ਮਿਲਦੀ ਨਹੀਂ ਤਾਂ ਫਿਰ ਅਸੀਂ ਹੁਣ ਨਵਾਂ ਤਰੀਕਾ ਲੱਭਿਆ ਕਿ ਅਸੀਂ ਜਿਵੇਂ ਉਹ ਚੰਡੀਗੜ੍ਹ ਜਦੋਂ ਨਾਟਕ ਕੀਤਾ ਤਾਂ ਮੈਨੂੰ ਇਹੀ ਸਮੱਸਿਆ ਸੀ ਕਿ ਮੈਂ ਫਿਰ ਮੈਮ ਜਦੋਂ ਨਾਟਕ ਕਰਨਾ ਤਾਂ ਉਸਤੇ ਇੱਕ ਨਾਟਕ ਤੇ 50000 ਤੱਕ ਖਰਚਾ ਹੋ ਹੀ ਜਾਂਦਾ 50-60000 ਰੁਪਏ ਤੇ ਮੈਂ ਕਿੱਥੋਂ ਲਵਾਂਗਾ ਪਰ ਅੱਜ ਕੀ ਸਾਨੂੰ ਤਰੀਕਾ ਸੁਝਿਆ ਕਿ ਅਸੀਂ ਜਦੋਂ ਨਾਟਕ ਕੀਤਾ ਚੰਡੀਗੜ੍ਹ 3 ਦਿਨ ਅਸੀਂ ਦਰਸ਼ਕਾਂ ਨੂੰ ਕਿਹਾ ਕਿ ਯਾਰ ਸਾਨੂੰ ਸਰਕਾਰਾਂ ਨੇ ਪੈਸੇ ਨਹੀਂ ਦੇਣੇ ਤੇ ਤੁਸੀਂ ਸਾਡੇ ਵੀ ਸਰਕਾਰ ਬਣ ਜਾਓ ਸਾਨੂੰ ਥੋੜੇ ਜਿਹਾ ਪੈਸੇ ਦੇ ਦਿਓ ਅਸੀਂ ਆਪਣੇ ਕਾਰਡ ਦੇ ਉੱਪਰ ਇੱਕ QR ਕੋਡ ਛਾਪਤਾ ਵੀ ਸਾਨੂੰ ਤੁਸੀਂ ਪਲੀਜ਼ ਸਾਨੂੰ ਥੋੜੇ ਜਿਹਾ ਪੈਸੇ ਦੇ ਦਿਓ ਤਾਂ ਕਿ ਸਾਡੇ ਖਰਚੇ ਨਿਕਲ ਜਾਂ ਸਕਣ ਕੋਡ ਕੰਮ ਕਰ ਗਿਆ ਹਾਂ ਵੀ ਸਾਨੂੰ ਸਾਡਾ ਥੀਏਟਰ ਚੱਲਦਾ ਰਹੇਗਾ ਵੀ ਅਸੀਂ ਔਰ ਤੁਸੀਂ ਕਮਾਲ ਦੇਖੋ ਕਿ 3 ਦਿਨਾਂ ਦੇ ਵਿੱਚ ਦਰਸ਼ਕਾਂ ਨੇ ਸਾਨੂੰ 52000 ਰੁਪਏ ਦਿੱਤੇ ਕਿਹੋ ਜਿਹਾ ਰਿਕਾਰਡ ਦੇ ਰਹੀ ਤੇ ਬਸ ਇੰਨਾ ਕਿ ਸਾਡਾ 60000 ਖਰਚਾ ਹੋਇਆ ਸੀ ਸਾਡੇ ਖਰਚੇ ਨਿਕਲ ਗਏ ਠੀਕ ਹੈ ਠੀਕ ਹੈ ਤਾਂ ਅੱਜ ਫਿਰ ਸਾਨੂੰ ਉੱਥੇ ਹੀ ਸਾਨੂੰ ਇਹ ਨਾਟਕ ਦੇਖਿਆ ਸੀ ਇਹਨਾਂ ਨੇ ਹਰਪ੍ਰੀਤ ਜੀ ਦੇਵਗਨ ਹੋਰਾਂ ਨੇ ਜਿਹੜੇ ਸਕਾਈ ਟ੍ਰੇਲ ਵਾਲੇ ਤਾਂ ਇਹਨਾਂ ਨੇ ਕਿਹਾ ਇਹ ਰਿਹਾ ਨਾਟਕ ਬਹੁਤ ਵਧੀਆ ਤੁਸੀਂ ਕਿਉਂ ਨਹੀਂ ਪਟਿਆਲੇ ਕਰਦੇ ਫਿਰ ਅਸੀਂ ਯੂਨੀਵਰਸਿਟੀ ਨੂੰ ਅਪੀਲ ਕੀਤੀ ਆਪਣੇ ਪ੍ਰੋਫੈਸਰ ਪੰਜਾਬੀ ਡਿਪਾਰਟਮੈਂਟ ਨੂੰ ਕਿ ਸਾਡੇ ਕੋਲ ਸਪான்ਸਰ ਹੈਗਾ ਸਾਨੂੰ ਤੁਸੀਂ ਕੋਲਾਬੋਰੇਸ਼ਨ ਦੇ ਵਿੱਚ ਹਾਲ ਦੇ ਦਿਓ ਔਰ ਪ੍ਰੋਫੈਸਰ ਗੁਰਮਖ ਸਿੰਘ ਬਹੁਤ ਜਹੀਨ ਆਦਮੀ ਨੇ ਔਰ ਗੁਰਸੇਵਕ ਜੀ ਨੇ ਉਹਨਾਂ ਨੇ ਕਿਹਾ ਕਿ ਆਓ ਤੁਸੀਂ ਲੰਬੀ ਸਾਬ ਕਹਿੰਦੇ ਆਓ ਅਸੀਂ ਕਰਦੇ ਆਂ ਔਰ ਇੱਥੇ ਦੀ ਆਡੀਅנס ਬੜੀ ਕਮਾਲ ਦੀ ਆਡੀਅנס ਹੈ ਪਟਿਆਲੇ ਵਿੱਚ ਥੀਏਟਰ ਦਾ ਪਟਿਆਲਾ ਗੜ ਰਹਿ ਚੁੱਕਿਆ ਹੈ ਔਰ ਕਪੂਰ ਸਿੰਘ ਘੁੰਮਣ ਜੀ ਹਰਚਰਨ ਸਿੰਘ ਵਰਗੇ ਵੱਡੇ ਵੱਡੇ ਲੋਕ ਇੱਥੋਂ ਹੋਏ ਨੇ ਸੁਰਜੀਤ ਸਿੰਘ ਸੇਠੀ ਹਰਪਾਲ ਟਵਾਣਾ ਜੀ ਨੀਨਾ ਟਵਾਣਾ ਜੀ ਬਹੁਤ ਵੱਡੇ ਵੱਡੇ ਨਾਮ ਨੇ ਤਾਂ ਇਹੋ ਜੀ ਧਰਤੀ ਤੇ ਨਾਟਕ ਕਰਨਾ ਸਾਡੇ ਲਈ ਵੀ ਚੈਲੰਜ ਸੀ ਔਰ ਇੱਥੋਂ ਦੀ ਸਟੂਡੈਂਟ ਆਡੀਅנס ਵੀ ਬਹੁਤ ਵਧੀਆ ਬਹੁਤ ਸਾਰੇ ਕਲਾਕਾਰ ਗਏ ਤਾਂ ਹੈਗੇ ਰਾਜਨੀਤੀ ਵੱਲ ਤੁਸੀਂ ਵੀ ਜ਼ਿਕਰ ਕੀਤਾ ਆ ਕਲਾਕਾਰਾਂ ਨੂੰ ਰਾਜਨੀਤੀ ਰਾਸ ਕਿਉਂ ਨਹੀਂ ਆਉਂਦੀ ਕਿਸੇ ਕਿਸੇ ਨੂੰ ਆਈ ਹੈ ਜੇ ਆਈਏ ਤਾਂ ਬਹੁਤ ਆਈਏ ਪਰ ਜ਼ਿਆਦਾਤਰ ਨਹੀਂ ਆਉਂਦੀ ਉਹ ਜਦੋਂ ਕਲਾ ਛੱਡ ਦਿੰਦਾ ਫਿਰ ਰਾਜਨੀਤੀ ਰਾਸ ਚ ਆ ਜਾਂਦੀ ਹੈ ਕਲਾ ਕਲਾ ਤੇ ਰਾਜਨੀਤੀ ਦਾ ਕਨਫਲਿਕਟ ਹੈ ਨਹੀਂ ਕਲਾ ਦੇ ਵਿੱਚ ਨਿਰੇ ਇਥਿਕਸ ਹੈ ਰਾਜਨੀਤੀ ਦਾ ਕੋਈ ਇਥਿਕਸ ਹੀ ਨਹੀਂ ਕੋਈ ਦੀਨ ਧਰਮ ਹੀ ਨਹੀਂ ਰਾਜਨੀਤਿਕਾਂ ਦਾ ਕੋਈ ਦੀਨ ਧਰਮ ਨਹੀਂ ਕਲਾਕਾਰਾਂ ਦਾ ਦੀਨ ਧਰਮ ਹੁੰਦਾ ਹੈ ਤਾਂ ਫਿਰ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ ਜੇ ਤੁਸੀਂ ਰਾਜਨੀਤੀ ਵਿੱਚ ਜਾਣਾ ਤੁਹਾਨੂੰ ਕਲਾ ਦੇ ਸਾਰੇ ਇਥਿਕਸ ਛੱਡਨੇ ਪੈਣਗੇ ਤਾਂ ਉਹ ਬੰਦੇ ਹੀ ਕਾਮਯਾਬ ਹੋ ਪਾਉਂਦੇ ਆ ਬਹੁਤੇ ਕਲਾਕਾਰ ਇਹੋ ਜਿਹਾ ਸਮਝੌਤਾ ਕਰ ਨਹੀਂ ਪਾਉਂਦੇ ਜਿਵੇਂ ਕਿ ਗੁਰਪ੍ਰੀਤ ਕੋਘੀ ਜੀ ਨਹੀਂ ਸਮਝੌਤਾ ਕਰ पाए ਉਹ ਵਾਪਸ ਮੁੜ ਗਏ ਠੀਕ ਹੈ ਮੈਨੂੰ ਲੱਗਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਨਵਜੋਤ ਸਿੰਘ ਸਿੱਧੂ ਵੀ ਹਿੰਮਤ ਹਾਰ ਗਏ ਹੋਣਗੇ ਉਹ ਵੀ ਵਾਪਸ ਆਪਣੀ ਦੁਨੀਆ ਵਿੱਚ ਚਲੇ ਗਏ ਤਾਂ ਐਥਿਕਸ ਛੱਡਨੇ ਹਰ ਇੱਕ ਬੰਦੇ ਲਈ ਸੌਖੇ ਨਹੀਂ ਹੁੰਦੇ ਮੈਨੂੰ ਵੀ ਇਹੀ ਲੱਗਿਆ ਕਿ ਇੱਥੇ ਰਾਜਨੀਤੀ ਵਿੱਚ ਕਿਸੇ ਦਾ ਕੋਈ ਦੀਨ ਮਾਨ ਨਹੀਂ ਕੋਈ ਤੁਸੀਂ ਤੁਸੀਂ ਕਿਸੇ ਲਈ ਵੀ ਲੜ ਜੋਗੇ ਉਹ ਤੁਹਾਡੇ ਲਈ ਨਹੀਂ ਲੜਦਾ ਤੁਸੀਂ ਕਿਸੇ ਨੂੰ ਲੀਡਰ ਨੂੰ ਕਹੋ ਆਹ ਮੇਰਾ ਲੀਡਰ ਹੈ ਲੀਡਰ ਖਾਣਾ ਨਹੀਂ ਤੁਸੀਂ ਮੇਰੇ ਸਪੋਟਰ ਹੀ ਨਹੀਂ ਫਿਰ ਤੁਸੀਂ ਕੀ ਕਰੋਗੇ ਚਲੋ ਵਾਪਸ ਤੁਹਾਡੇ ਇੱਕ ਦੋ ਸਵਾਲ ਮੇਰੇ ਤੁਹਾਡੇ ਪਲੇ ਦੇ ਨਾਲ ਨੇ 18ਵੀਂ ਸਦੀ ਦੀਆਂ ਤੁਸੀਂ ਗੱਲਾਂ ਕਰਗੇ 20ਵੀਂ 20ਵੀਂ ਸਦੀ ਦਿਖਾ ਗਏ 21ਵੀਂ ਸਦੀ ਦੇ ਵਿੱਚ ਵੀ ਦਿਖਾ ਗਏ ਕਿ ਕਿਸ ਤਰੀਕੇ ਦੇ ਨਾਲ ਦੁਨੀਆ ਜੀ ਆਪਣੀ ਜ਼ਿੰਦਗੀ ਜੀ ਰਹੀ ਆ ਪਰ 21ਵੀਂ ਸਦੀ ਵਾਲੀ ਜਿਹੜਾ ਜੀਵਨ ਆ ਸ਼ਾਇਦ ਉਹ ਕਿਤੇ ਨਾ ਕਿਤੇ ਇਨਸਾਨ ਤੇ ਭਾਰੀ ਲੱਗ ਰਿਹਾ ਜੇ ਇਸ ਤੋਂ ਵੀ ਅੱਗੇ ਇੱਕ ਛਾਲ ਅੱਗੇ ਮਾਰ ਕੇ ਦੇਖੀਏ ਤਾਂ 22ਵੀਂ 23ਵੀਂ ਸਦੀ ਪਾਲੀ ਭੁਪਿੰਦਰ ਕਿਸ ਤਰੀਕੇ ਨਾਲ ਦੇਖਦੇ ਨੇ ਦੇਖੋ ਮੈਂ ਉਹੀ ਨਾਟਕ ਦਾ ਮੇਰਾ ਥੀਮ ਹੀ ਇਹੀ ਹੈ ਕਿ ਜੰਗਲ ਅਸੀਂ ਜਦੋਂ ਸਮੁੰਦਰ ਚੋਂ ਚੱਲੇ ਤਾਂ ਸਮੁੰਦਰ ਦੇ ਵਿੱਚ ਮਤਲਬ ਕਿ ਇੱਕ ਦੀ ਹੋਂਦ ਸੀਗੀ ਦੋ ਜਣੇ ਨਹੀਂ ਸੀ ਔਰਤ ਮਰਦ ਨਹੀਂ ਸੀ ਬਾਈਨਰੀਜ਼ ਨਹੀਂ ਸੀਗੀਆਂ ਇੱਕ ਅਸੀਂ ਕੋਈ ਜੀਵ ਸੀ ਔਰ ਜਦੋਂ ਉੱਥੋਂ ਨਿਕਲ ਕੇ ਜੰਗਲਾਂ ਦੇ ਵਿੱਚ ਆਏ ਉਦੋਂ ਤੱਕ ਔਰਤ ਮਰਦ ਬਣ ਚੁੱਕਿਆ ਔਰ ਉਹਨਾਂ ਦੇ ਉੱਪਰ ਸਰਵਾਈਵਲ ਆਫ ਫਿਟਨੈਸ ਦਾ ਫਾਰਮੂਲਾ ਲਾਗੂ ਹੋ ਰਿਹਾ ਦੋਨੋਂ ਇੱਕ ਦੂਜੇ ਨੂੰ ਓਵਰ ਪਾਵਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੰਗਲ ਕਾਲ ਦੇ ਵਿੱਚ ਉਹ ਤਾਕਤ ਦਾ ਜਮਾਨਾ ਹੈ ਔਰਤ ਉਥੇ ਕਮਜ਼ੋਰ ਹੈ ਮਰਦ ਤਾਕਤਵਰ ਹੈ ਖੇਤੀਬਾੜੀ ਯੁੱਗ ਦੇ ਵਿੱਚ ਮਰਦ ਕੋਲੇ ਸਾਰੀ ਦੀ ਸਾਰੀ ਪ੍ਰੋਡਕਟਿਵਿਟੀ ਆ ਗਈ ਉਸਨੇ ਔਰਤ ਨੂੰ ਹੋਰ ਦਬਾ ਲਿਆ ਲੇਕਿਨ 19ਵੀਂ ਸਦੀ ਵਿੱਚ ਔਰਤ ਨੇ ਕ੍ਰਾਂਤੀ ਕਰਤੀ ਤਾਂ ਔਰਤ ਨੂੰ ਬਰਾਬਰ ਦੇ ਅਧਿਕਾਰ ਮਿਲਨੇ ਸ਼ੁਰੂ ਹੋ ਗਏ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਹੁਣ ਸਾਨੂੰ ਕੀ ਮੈਂ ਵੀ ਇੱਕ ਹੋਣ ਦੀ ਬਜਾਏ ਨਾ ਇੱਕ ਇੱਕ ਹੋ ਗਏ ਤਾਂ ਮੈਨੂੰ ਇਦਾਂ ਲੱਗਦਾ ਕਿ ਜੀਵਨ ਵਾਪਸ ਇੱਕ ਹੋਣ ਵੱਲ ਵਧ ਰਿਹਾ ਮੈਨੂੰ ਇਹ ਲੱਗਦਾ ਆਨ ਵਾਲੇ ਸਮੇਂ ਦੇ ਵਿੱਚ ਔਰਤ ਮਰਦ ਇੰਨੇ ਕ ਜਿਆਦਾ ਇਕੱਲੇ ਹੋ ਜਾਣਗੇ ਉਹਨਾਂ ਦੇ ਵਿੱਚ ਈਗੋ ਬਹੁਤ ਜਿਆਦਾ ਆ ਗਈ ਇਮੋਸ਼ਨਸ ਖਤਮ ਹੋ ਗਏ ਜੇ ਤੁਸੀਂ ਨੋਟ ਕੀਤਾ ਹੋਵੇ ਕਿ ਜੰਗਲ ਕਾਲ ਇਮੋਸ਼ਨਸ ਦਾ ਯੁੱਗ ਸੀ ਫਿਰ ਈਗੋ ਆ ਗਈ ਇੰਟਰੈਕਚੁਅਲਟੀ ਆ ਗਈ ਸੋਚ ਆਈ ਲੇਕਿਨ ਉਹ ਮਰਦ ਦੇ ਅੰਦਰ ਆਈ ਔਰ ਫਾਈਨਲੀ ਫਿਰ ਦੋਨਾਂ ਅੰਦਰ ਈਗੋ ਆ ਗਈ ਉਹਦੇ ਚੱਲਦੇ ਦੋਨੋਂ ਇੱਕ ਇੱਕ ਹੋ ਗਏ ਔਰ ਸਾਇੰਸ ਇਸ ਦੇ ਵਿੱਚ ਮਤਲਬ ਕਿ ਫ੍ਰੈਕਸ਼ਨ ਵੱਡੀ ਕਰ ਰਹੀ ਹੈ ਉਹ ਐਕਸਪੈਰੀਮੈਂਟ ਕਰ ਰਹੀ ਹੈ ਕਿ ਔਰਤ ਦਾ ਅਰਥ ਦੇ ਇਕੱਲੇ ਨਾਲ ਸਰਜੇ ਮਰਦ ਦਾ ਮਰਦ ਨਾਲ ਸਾਜੇ ਈਵਨ ਨਕਲੀ ਟੁਆਇਜ਼ ਬਣਾਏ ਜਾ ਰਿਹਾ ਐ ਸੈਕਸ ਦੇ ਲਈ ਔਰ ਇਮੋਸ਼ਨਸ ਦੇ ਲਈ AI ਆ ਗਈ ਕਿ ਤੁਸੀਂ ਉਹਦੇ ਨਾਲ ਦਿਲ ਦੀ ਗੱਲ ਕਰ ਸਕਦੇ ਹੋ ਤਾਂ ਤੁਹਾਡੇ ਸਾਹਮਣੇ ਇੱਕ ਨਕਲੀ ਵਰਚੁਅਲ ਰਿਐਲਿਟੀ ਖੜੀ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਉਹ ਸਾਰੀਆਂ ਗੱਲਾਂ ਅਸੀਂ ਇਸ ਨਾਟਕ ਦੇ ਵਿੱਚ ਕੀਤੀਆਂ ਸਾਨੂੰ ਲੱਗਦਾ ਕਿ ਅਗਾਹ ਚੱਲ ਕੇ ਇਹ ਔਰਤ ਮਰਦ ਦੇ ਰਿਸ਼ਤੇ ਲਈ ਹੋਰ ਵੀ ਘਾਤਕ ਸਿਚੁਏਸ਼ਨ ਬਣੂਗੀ ਸਿਰਫ ਇੰਨਾ ਗੱਲਾਂ ਕਰਕੇ ਆਲੋਚਨਾ ਵੀ ਕਈ ਵਾਰ ਨਾਟਕਾਂ ਦੀ ਹੋ ਜਾਂਦੀ ਹੈ ਮੈਂ ਖੁਦ ਇਹ ਬੈ ਕੇ ਦੇਖਿਆ ਨਾਟਕ ਕਈ ਲਫ਼ਜ਼ ਐਸੀ ਸੀ ਸ਼ਾਇਦ ਆਲੋਚਕ ਆਉਣਗੇ ਕਹਿਣਗੇ ਕਿ ਥੋੜੀ ਅਸ਼ਲੀਲਤਾ ਸੀ ਹਾਲਾਂਕਿ ਉਹ ਰੂਟੀਨ ਦੇ ਸਮਾਜ ਦਾ ਹਿੱਸਾ ਬਣ ਗਏ ਨੇ ਉਹ ਸ਼ਬਦ ਉਹ ਇਸ਼ਾਰੇ ਕਿਵੇਂ ਲੱਗਦਾ ਕਿ ਜੇ ਆਲੋਚਨਾ ਹੁੰਦੀ ਆ ਤਾਂ ਫਿਰ ਜਵਾਬ ਕਿਸ ਤਰੀਕੇ ਨਾਲ ਨਹੀਂ ਦੇਖੋ ਚੰਡੀਗੜ੍ਹ ਤਾਂ ਬਿਲਕੁਲ ਨਹੀਂ ਹੋਈ ਸਾਨੂੰ ਲੱਗਦਾ ਅੱਜ ਵੀ ਤੁਸੀਂ ਦੇਖਿਆ ਲੋਕ ਖੁਸ਼ ਹੋ ਕੇ ਗਏ ਆ ਤਾੜੀਆਂ ਮਾਰ ਕੇ ਗਏ ਆ ਲੋਕਾਂ ਨੂੰ ਪਤਾ ਸਾਡੀ ਜੀਵਨ ਦਾ ਹਿੱਸਾ ਹੈ ਅਸ਼ਲੀਲਤਾ ਨਹੀਂ ਕਹਿੰਦੇ ਲੇਕਿਨ ਇਹ ਲੈਂਗੁਏਜ ਸਾਡੀ ਆਮ ਜ਼ਿੰਦਗੀ ਦਾ ਹਿੱਸਾ ਹੋ ਚੁੱਕੀ ਹੈ ਪ੍ਰੋਬਲਮ ਇਹ ਹੈ ਕਿ ਜੇ ਮਰਦ ਔਰਤ ਦੇ ਰਿਸ਼ਤੇ ਨੂੰ ਡਿਸਕਸ ਕਰਨਾ ਹੈ ਤੁਹਾਨੂੰ ਮੈਨੂੰ ਇਹ ਲੈਂਗੁਏਜ ਇਸਤੇਮਾਲ ਕਰਨੀ ਪੈਣੀ ਸੀ ਹੈਨਾ ਉਹ ਕਿਉਂਕਿ ਉਸ ਰਿਸ਼ਤੇ ਵਿੱਚ ਵੀ ਤਾਂ ਕ腐ਪਸ਼ਨ ਆ ਚੁੱਕੀ ਹੈ ਨਾ ਜਦੋਂ ਤੁਸੀਂ ਲਿਖ ਰਹੇ ਸੀ ਡਾਇਲੋਗ ਇਸ ਦੇ ਵਿੱਚ ਜੜੇ ਜਾ ਰਹੇ ਸੀ ਉਦੋਂ ਕੀ ਚੱਲ ਰਿਹਾ ਸੀ ਤੁਹਾਡੇ ਮਨ ਦੇ ਵਿੱਚ ਕੀ ਸੀਗਾ ਕਿ ਆਡੀਅנס ਐਕਸੈਪਟ ਕਰ ਲੂਗੀ ਇਹਨਾਂ ਬਰਡਨ ਨੂੰ ਮੈਨੂੰ ਇਹ ਲੱਗਦਾ ਕਿ ਮੈਂ ਨਾ ਇਸ ਚੀਜ਼ ਤੱਕ ਗਿਆ ਸੀ ਕਿ ਮੈਂ ਉਹ ਚੀਜ਼ ਕਰਾਂ ਜਿਹੜੀ ਮੈਂ ਇਸੇ ਕਰਕੇ ਸਿਨੇਮਾ ਛੱਡਿਆ ਕਿਉਂਕਿ ਸਿਨੇਮੇ 'ਚ ਉਹੀ ਕਰਨਾ ਪੈਂਦਾ ਜੋ ਆਡੀਅנס ਨੂੰ ਪਸੰਦ ਆਉਂਦਾ ਹੈ ਇੱਕ ਰਾਈਟਰ ਨੂੰ ਉਹ ਲਿਖਣਾ ਚਾਹੀਦਾ ਜੋ ਰਾਈਟਰ ਸੋਚਦਾ ਕਿ ਉਸਨੂੰ ਲਿਖਣਾ ਚਾਹੀਦਾ ਹੈ ਐਸੇ ਕਰਕੇ ਬੜਵੰਤਕਾਰ ਕੀ ਮਹਾਨਾ ਉਸਨੇ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਲੋਕ ਕੀ ਕਹਿਣਗੇ ਇੱਕ ਰਾਈਟਰ ਕਿਵੇਂ ਸੋਚ ਸਕਦਾ ਮੈਂ ਜਦੋਂ ਸਟੂਪਿਡ 7 ਫਿਲਮ ਬਣਾਈ ਮੈਂ ਐਸੇ ਕਰ ਚੱਕਰ ਪ੍ਰੈਸ਼ਰ ਚ ਆ ਗਿਆ ਯਾਰ ਲੋਕ ਕੀ ਕਹਿਣਗੇ ਮੈਂ ਟੀਚਰਾਂ ਮੈਂ ਕਲਾਕਾਰਾਂ ਮੈਂ ਤਾਂ ਫਿਲਮ ਇੱਕ ਪ੍ਰੋਸਟੀਚੂਟ ਕੁੜੀ ਦੇ ਉੱਪਰ ਸਟੋਰੀ ਲਿਖੀ ਬੈਠਾ ਸੀ ਮੈਂ ਤਾਂ ਉਸ ਤੇ ਬਣਾਉਣੀ ਚਾਹੁੰਦਾ ਸੀਗਾ ਕਮਾਲ ਦੀ ਸਟੋਰੀ ਸੀ ਉਹ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਮੈਂ ਵੀ ਪ੍ਰੈਸ਼ਰ ਚ ਲੱਗਾ ਗਿਆ ਔਰ ਮੇਰਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਮੈਨੂੰ ਸਟ ਠੀਕ ਹੈ ਤਾਂ ਮੇਰੀ ਇਹ ਦਿਲ ਦਾ ਨਾਟਕ ਹੈ ਮੈਂ ਮੈਨੇ ਤਾਂ ਮੰਨ ਕੇ ਬੈਠਾ ਸੀ ਯਾਰ ਲੋਕਾਂ ਨੂੰ ਮੈਂ ਹੁਣ ਲੋਕਾਂ ਨੂੰ ਖੁਸ਼ ਕਰਨ ਦੇ ਲਈ ਜੇ ਮੈਂ ਕਮੇਡੀਆਂ ਲਿਖੂੰਗਾ ਹੈਨਾ ਉਹੀ ਮਤਲਬ ਕਿ ਜਿਹੜੀਆਂ ਫਿਲਮਾਂ ਦੇ ਵਿੱਚ ਦੇਖਦੇ ਆ ਲੋਕੀ ਤਾਂ ਫਿਰ ਉਹੋ ਜੇ ਨਾਟਕ ਤੋਂ ਬਾਹਰ ਨਹੀਂ ਜਾਣਗੇ ਤੁਸੀਂ ਕਿਸਾਨੀ ਦਾ ਦਰਦ ਰੋਲੋ ਔਰਤਾਂ ਦੇ ਦੁੱਖ ਪੇਸ਼ ਕਰ ਲਓ ਇੱਥੇ ਪੰਜਾਬੀ ਨਾਟਕ ਫਸ ਕੇ ਖੜ ਜੂ ਮੈਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਮੈਂ ਮੰਨ ਕੇ ਨਹੀਂ ਚੱਲਿਆ ਕਿ ਮੈਂ ਪੰਜਾਬੀ ਨਾਟਕ ਲਿਖ ਰਿਹਾ ਮੈਂ ਮੰਨ ਕੇ ਚੱਲਿਆ ਕਿ ਮੈਂ ਕਿ ਨਾਟਕ ਲਿਖ ਰਿਹਾ ਮੈਂ ਇਹ ਸੋਚਿਆ ਹੀ ਨਹੀਂ ਕਿ ਮੈਂ ਪੰਜਾਬੀ ਦਰਸ਼ਕਾਂ ਲਈ ਲਿਖ ਰਿਹਾ ਮੈਂ ਸੋਚਿਆ ਕਿ ਮੈਂ ਦਰਸ਼ਕ ਔਰ ਕਿਉਂਕਿ ਮੈਂ ਹੁਣ ਕੈਨੇਡਾ ਅਮਰੀਕਾ ਘੁੰਮ ਕੇ ਆਇਆ ਹਾਂ ਉੱਥੋਂ ਦਾ ਥੀਏਟਰ ਦੇਖ ਕੇ ਆਇਆ ਹਾਂ ਤਾਂ ਮੇਰੇ ਮੂਰੇ ਚ ਚੈਲੰਜ ਸੀ ਕਿ ਮੈਂ ਉਹਨਾਂ ਵਾਂਗੂ ਥੀਏਟਰ ਲਿਖਣਾ ਹੈ ਉਹਨਾਂ ਵਾਂਗੂ ਥੀਏਟਰ ਕਰਨਾ ਇਹ ਸਾਰੀ ਪ੍ਰੋਡਕਸ਼ਨ ਤੁਸੀਂ ਦੇਖ ਸਕਦੇ ਹੋ 2 ਘੰਟੇ ਜਾਮ ਦੇ ਵਿੱਚ ਦੋ ਬੰਦੇ ਕੁਰਸੀ ਤੋਂ ਉੱਠਦੇ ਨਹੀਂ ਤਾਂ ਇਹੋ ਜਿਹਾ ਐਕਸਪੈਰੀਮੈਂਟ ਬਾਰ ਹੁੰਦੇ ਆ ਠੀਕ ਹੈ ਇਹੋ ਜਿਹਾ ਬਹੁਤ ਐਕਟਰ ਵੀ ਤੁਸੀਂ ਇਹੋ ਜਿਹੇ ਐਕਟਰਾਂ ਨੂੰ ਐਕਟਿੰਗ ਕਰਾਣੀ 2 ਘੰਟੇ ਮੈਨੂੰ ਉਹ ਤੁਹਾਡਾ ਆਈਡੀਆ ਪਸੰਦ ਲੱਗਿਆ ਕਿ ਉਹ ਇੱਕ ਪੰਜਵੇਂ ਟਾਇਰ ਵਾਲਾ ਉਹ ਬੜਾ ਅੱਛਾ ਲੱਗਿਆ ਮੈਨੂੰ ਤੁਹਾਡਾ ਇਹ ਹਾਂ ਤੇ ਬਸ ਫਿਰ ਉਹ ਇਸ ਕਰਕੇ ਮੈਂ ਅੱਜ ਕੀ ਦਰਸ਼ਕ ਮੈਂ ਇਹ ਨਹੀਂ ਸੋਚਿਆ ਕਿ ਮੈਂ ਮੈਂ ਉਹ ਲਿਖਿਆ ਜੋ ਮੇਰੇ ਦਿਲੋਂ ਨਿਕਲਿਆ ਬਸ ਮੈਂ ਪਰਵਾਹ ਨਹੀਂ ਕੀਤੀ ਅੱਜ ਪਰ ਇਹ ਪਾਲੀ ਭਵਿੰਦਰ ਇਹ ਮੰਨਦੇ ਨੇ ਕਿ ਤੁਹਾਡਾ ਇਹ ਨਾਟਕ ਸਿਰਫ 엘ੀਟ ਕਲਾਸ ਦੇ ਲਈ ਹੈ ਸ਼ਾਇਦ ਪਿੰਡਾਂ ਚ ਅਸੀਂ ਨਾਂ ਦਿਖਾ ਸਕੀਏ ਜਾਂ ਦਿਖਾ ਸਕਦੇ ਨਹੀਂ ਨਹੀਂ ਜਮੈਂ ਨਹੀਂ ਇਹ ਮਾਸ ਦਾ ਨਾਟਕ ਹੈ ਹੀ ਨਹੀਂ ਇਹ ਕਲਾਸ ਦਾ ਨਾਟਕ ਹੈ 엘리ਟ ਦਾ ਨਾਟਕ ਹੈ ਅੱਧਿਤ ਇਹਦੇ ਵਿੱਚ ਅੰਗਰੇਜ਼ੀ ਹੈ ਹਨ ਮੈਂ ਮੰਨ ਕੇ ਚੱਲਦਾ ਕਿ ਇਹ ਨਾਟਕ ਪਿੰਡਾਂ ਦਾ ਆਮ ਲੋਕਾਂ ਦਾ ਨਾਟਕ ਨਹੀਂ ਹੈ ਔਰ ਕੋਈ ਨਹੀਂ ਇਹੋ ਜਿਹਾ ਇਹੋ ਜਿਹਾ ਵੀ ਤਾਂ ਲਿਟਰੇਚਰ ਹੋਣਾ ਚਾਹੀਦਾ ਨਾ ਸਾਰਾ ਨਾਟਕ ਸਾਰੇ ਲੋਕਾਂ ਲਈ ਨਹੀਂ ਹੁੰਦਾ ਜਿਹੜਾ ਰਿਸ਼ੇ ਵਾਲਿਆਂ ਦੇ ਲਈ ਤੁਸੀਂ ਆਰਟ ਲਿਖਦੇ ਹੋ ਉਹ 엘리ਟ ਲਈ ਨਹੀਂ ਹੁੰਦਾ ਤਾਂ ਕੋਈ ਕੁਝ ਲੋਕ ਉਹਦੇ ਲਈ ਲਿਖਦੇ ਆ ਵਧੀਆ ਲਿਖਦੇ ਆ ਸਾਡੇ ਕੋਲੇ ਅਜਮੇਰ ਸਿੰਘ ਆਲਖ ਗੁਰਸ਼ਰਨ ਭਾਜੀ ਉਹਨਾਂ ਵਰਗੇ ਬਹੁਤ ਵਧੀਆ ਵਧੀਆ ਨਾਟਕਕਾਰ ਨੇ ਜਿਹੜੇ ਕਿ ਉਹ ਆਮ ਲੋਕਾਂ ਲਈ ਵਧੀਆ ਲਿਖਦੇ ਰਹੇ ਆ ਉਹਨਾਂ ਦਾ ਹੈ ਨਾ ਨਾਂ ਬਹੁਤ ਵੱਡਾ ਤੇ ਡਾਕਟਰ ਆਤਮਜੀਤ ਆ ਸਾਡੇ ਕੋਲੇ ਸਰਜੀਤ ਸਿੰਘ ਸੇਠੀ ਐਸੇ ਯੂਨੀਵਰਸਿਟੀ ਦੇ ਉਹਨਾਂ ਨੇ ਇਲੀਟਰਲੀ ਨਾਟਕ ਲਿਖੇ ਕੋਈ ਨਹੀਂ ਕੁਝ ਲੋਕ ਮਾਸ ਲਈ ਲਿਖਦੇ ਆ ਕੁਝ ਲੋਕ ਕਲਾਸ ਲਈ ਲਿਖਦੇ ਆ ਮੈਂ ਕੁਝ ਮਾਸ ਲਈ ਨਾਟਕ ਲਿਖਿਆ ਮਿੱਟੀ ਦਾ 바ਵਾ ਸਿਰਜਣਾ ਉਸ ਨੂੰ ਕਹੀਂ ਇਹ ਇੱਕ ਕਲਾਸ ਦਾ ਨਾਟਕ ਹੈ ਚਲੋ ਹੁਣ ਤੁਹਾਡੀ ਵਾਪਸੀ ਹੋ ਗਈ ਹੈ ਥੀਏਟਰ ਦੇ ਵਿੱਚ ਨਵੇਂ ਨਾਟਕ ਹੋਰ ਕਿੰਨੇ ਇੱਕ ਦੇਖਣ ਨੂੰ ਮਿਲਣਗੇ ਅੱਗੇ-ਅੱਗੇ ਆ ਮੈਨੂੰ ਲੱਗਦਾ ਕਿ ਮੈਂ ਹੁਣ ਨਾਟਕ ਵਾਲਾ ਰੈਗੂਲਰ ਰਹੂੰਗਾ ਕਿਉਂਕਿ ਮੇਰਾ ਨਾ ਕਿ ਜਾਮ ਲੱਗਿਆ ਹੋਇਆ ਸੀ ਲਿਖਣ ਦਾ ਉਹ ਟੁੱਟ ਗਿਆ ਤੇ ਹੁਣ ਉਹਨੂੰ ਅੱਜਕੱਲ ਨਾਟਕ ਬਹੁਤ ਸੋਝਦੇ ਆ ਤਾਂ ਉਹ ਟੁੱਟ ਗਿਆ ਵਾ ਸੀ ਕਿ ਜਾਮ ਟੁੱਟਣ ਦੀ ਪ੍ਰੋਬਲਮ ਸੀਗਾ 9 ਸਾਲ ਲੱਗਿਆ ਜਾਮ ਹੁਣ ਟੁੱਟ ਗਿਆ ਤੇ ਮੈਨੂੰ ਲੱਗਦਾ ਮੈਂ ਹੁਣ ਥੀਏਟਰ ਸਾਲ ਦੇ ਵਿੱਚ ਮੇਰਾ ਟਾਰਗੇਟ ਹੈ ਮੈਂ 1-2 ਇੱਕ ਨਾਟਕ ਦੀਆਂ ਵੱਡੀਆਂ 5-7 10 ਪ੍ਰੋਡਕਸ਼ਨਾਂ ਕਰਦਾ ਰਹੂੰਗਾ ਮੇਰੀ ਪਹਿਲਾਂ ਵੀ ਇੰਨੀ ਕੀ ਰੂਟੀਨ ਸੀਗੀ ਮੈਂ ਇੱਕ ਵੱਡਾ ਨਾਟਕ ਕਰਦਾ ਸੀ ਸਾਲ ਦੇ ਵਿੱਚ ਲੇ ਤੇ ਉਹਦੀਆਂ 10 12 ਪ੍ਰੋਡਕਸ਼ਨ ਸਾਲ ਚ ਹੋ ਜਾਂਦੀਆਂ ਸੀ ਇਹਦੀਆਂ ਮੈਨੂੰ ਲੱਗਦਾ 10 ਤਾਂ 2 3 ਮਹੀਨਿਆਂ ਚ ਹੋ ਜਾਣਗੀਆਂ ਨਮਾ ਲਿਖ ਰਹੇ ਹੋ ਨਾਟਕ ਚੱਲ ਰਿਹਾ ਪੈਰਲ ਨਹੀਂ ਦਿਮਾਗ 'ਚ ਆਈਡੀਆ ਤਾਂ ਆ ਹੀ ਰਿਹਾ ਪਰ ਹੁਣ ਮੈਂ ਫਿਲਹਾਲ ਇਸ ਨੂੰ ਜਾਮ ਨੂੰ ਤੇ ਇੱਕ ਮੈਂ ਸੋਲੋ ਪਲੇ ਹੋਰ ਲਿਖਿਆ ਨਾਲ ਮੈਂ ਅਨਾਉਂਸ ਕਰ ਚੁੱਕਿਆ ਉਹ ਵੀ 6ਵਾਂ ਤਤ ਇੱਕ ਪਤਰੀ ਨਾਟਕ ਹੈ ਔਰ ਡਿਜ਼ਾਈਨਿੰਗ ਪੱਖੋਂ ਬਿਲਕੁਲ ਡਿਫਰੈਂਟ ਹੈ ਤੇ ਮੈਂ ਉਹਦੀਆਂ ਪ੍ਰੋਡਕਸ਼ਨਾਂ ਸਪਟੰਬਰ ਦੇ ਵਿੱਚ ਕਰੂੰਗਾ ਠੀਕ ਹੈ ਆਖਰੀ ਸਵਾਲ ਕਰੂੰਗਾ ਜ਼ਿੰਦਗੀ ਦੇ ਇਸ ਜਾਮ ਚੋਂ ਜਾਂ ਰਿਸ਼ਤਿਆਂ ਦੇ ਪਤੀ ਪਤਨੀ ਦੇ ਜਾਮ ਚੋਂ ਨਿਕਲਣ ਦਾ ਰਸਤਾ ਕੀ ਵਾਕਈ ਉਸ ਕਿਤਾਬ ਚ ਹੈ ਸੀ ਜਾਂ ਹਜੇ ਉਹ ਕਿਤਾਬ ਵੀ ਹਜੇ ਲੱਗਦਾ ਕਿ ਆਊਗੀ ਹਜੇ ਅੱਗੇ ਸ਼ਾਇਦ ਉਹ ਰਸਤੇ ਮਿਲ ਜਾਣਗੇ ਮੈਨੂੰ ਲੱਗਦਾ ਕਿ ਜਾਮ ਤਾਂ ਇਸ ਰਿਸ਼ਤੇ ਨੂੰ ਡਿਸਟੋਰਟ ਹੀ ਕਰ ਰਿਹਾ ਨਾ ਰਿਸ਼ਤਾ ਡਿਸਟੋਰਟ ਹੋ ਰਿਹਾ ਆਖਰ ਦੇ ਉੱਪਰ ਐਸੀ ਕਰਕੇ ਅਸੀਂ ਹੱਲ ਨਹੀਂ ਕੱਢਿਆ ਬਸ ਉਹ ਸਟਰਗਲ ਚ ਖਤਮ ਹੋ ਜਾਂਦੀ ਹੈ ਇਹ ਚੀਜ਼ ਜਿਹੜਾ ਰਿਸ਼ਤਾ ਹੈਗਾ ਦੇਖੋ ਜੇ ਇਹਦੇ ਵਿੱਚ ਕੋਈ ਉਲਝਣ ਹੈ ਤਾਂ ਬਦ ਨਹੀਂ ਸੁਲਝਦੀ ਹੈ ਕਿ ਨਹੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਇਹ ਰਿਸ਼ਤਾ ਉਲਝ ਰਿਹਾ ਹੈ ਸੁਲਝਣ ਦੀ ਥਾਂ ਤੇ ਔਰਤ ਮਰਦ ਦਾ ਰਿਸ਼ਤਾ ਉਲਝ ਰਿਹਾ ਹੈ ਇਹਦੇ ਵਿੱਚ ਮੱਧ ਕਾਲ ਨੇ ਉਲਝਾਇਆ ਇਹਦੇ ਵਿੱਚ ਨਾਰੀਵਾਦੀ ਅੰਦੋਲਨਾਂ ਨੇ ਰਿਸ਼ਤਾ ਉਲਝਾਇਆ ਆਪਾਂ ਅਸੀਂ ਜਦੋਂ ਵੀ ਕੋਸ਼ਿਸ਼ ਕਰਦੇ ਹਾਂ ਇਸ ਰਿਸ਼ਤੇ ਨੂੰ ਵੀ ਕਿ ਇਹ ਰਿਸ਼ਤਾ ਸਰਲ ਹੋ ਜੇ ਨਵੇਂ ਨੀਮ ਕਾਇਦੇ ਬਣਾਣੇ ਆ ਕਾਨੂੰਨ ਬਣਾਣੇ ਆ ਇਵਨ ਕਾਨੂੰਨ ਇਸ ਨਾਟਕ ਨੂੰ ਹੋਰ ਡਿਸਟਾਰਟ ਕਰ ਰਿਹਾ ਹੈ ਮਤਲਬ ਕਿ ਔਰਤ ਮਰਦ ਦੇ ਰਿਸ਼ਤੇ ਨੂੰ ਕਾਨੂੰਨ ਹੋਰ ਡਿਸਟਾਰਟ ਕਰ ਰਿਹਾ ਹੈ ਠੀਕ ਹੈ ਤਾਂ ਉਹ ਸਾਰੀਆਂ ਚੀਜ਼ਾਂ ਰਿਸ਼ਤੇ ਨੂੰ ਹੋਰ ਡਿਸਟਾਰਟ ਕਰ ਰਹੀਆਂ ਨੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਸ਼ਤਾ ਉਲਝਣਾਈਆਂ ਮੈਨੂੰ ਤਾਂ ਨਹੀਂ ਲੱਗਦਾ ਕਿ ਸੁਲਝੂਗਾ ਸੁਲਝੂਗਾ ਹਨ ਤੇ ਇਹ ਦੱਸ ਦਿਓ ਹੁਣ ਇੱਕ ਤਾਂ ਕੱਲ ਤੋਂ ਵੱਡਾ ਇੱਥੇ ਹੀ ਹੈ ਯੂਨੀਵਰਸਿਟੀ ਕਲਾ ਪਾਬੰਦ ਦੇ ਵਿੱਚ ਹੀ ਆ ਸ਼ਾਮੀ 6 ਵਜੇ ਉਸ ਤੋਂ ਅੱਗੇ ਅੱਗੇ ਕਿਹੜੇ ਕਿਹੜੇ ਤੁਹਾਡੇ ਹੈਗੇ ਨੇ ਫਿਲਹਾਲ ਅਸੀਂ 3 3 ਮਹੀਨ ਨੂੰ ਸਾਡਾ ਚੰਡੀਗੜ੍ਹ ਮਿਨੀ ਟੈਗੋਰ ਥੀਏਟਰ 'ਚ ਸਾਡੇ 6 ਵਜੇ ਸ਼ੋਅ ਹੈ ਤੇ ਉਹ ਟਿਕਟਡ ਸ਼ੋਅ ਹੈ ਅਸੀਂ ਟਿਕਟ ਲਾਈਏ 100 ਰੁਪਏ ਦੀ ਤੇ ਜੇ ਕਹਦਾ 200 ਰੱਖ ਲਓ ਤਾਂ ਵੀ ਆ ਜਾਣੇ ਆ ਲੋਕ ਨਹੀਂ ਨਹੀਂ ਆ ਜਾਣੇ ਸੀ ਪਰ ਕਿਉਂਕਿ ਸਾਨੂੰ ਸਾਨੂੰ ਇਹ ਨਾ ਕੁਝ ਮਿਹਰਬਾਨ ਦੋਸਤ ਮਿਲ ਜਾਂਦੇ ਇਤਿਹਾਰਪ੍ਰੀਤ ਦੇਵਗੰਜੀ ਮਿਲ ਗਏ ਉੱਥੇ ਵੀ ਸਾਨੂੰ ਇੱਕ ਬੰਦਾ ਕਹਿੰਦਾ ਯਾਰ ਮੈਂ ਤੁਹਾਨੂੰ ਹੈਲਪ ਕਰਨਾ ਚਾਹੁੰਦਾ ਅਸੀਂ ਕਿ ਭਾਈ ਤੂੰ ਚੀਫ ਗੈਸਟ ਬਣ ਕੇ ਆ ਜਾ ਥੀਏਟਰ ਨੂੰ ਇਹੋ ਜੇ ਸਰਪ੍ਰਸਤਾ ਦੀ ਲੋੜ ਹੁੰਦੀ ਹੈ ਤੇ ਜੇ ਕੋਈ ਆਪ ਕਹਿ ਰਿਹਾ ਹੋਵੇ ਤਾਂ ਉਹਦੇ ਵਰਗੀ ਰੀਸ ਨਹੀਂ ਬਸੇ ਟਿਕਟ ਤੇ ਪੰਜਾਬੀ ਇਹ ਜਿਹੜਾ ਥੀਏਟਰ ਹੈ ਇਹ ਸ਼ੁਰੂ ਹੋਣਾ ਚਾਹੀਦਾ ਕਿਉਂਕਿ ਹਾਲੇ ਉਹਨਾਂ ਕਲਚਰ ਨਹੀਂ ਹੈ ਪੰਜਾਬ ਦੇ ਵਿੱਚ ਦਿੱਲੀ ਚਲੇ ਜਾਓ ਅੱਗੇ ਚਲੇ ਜਾਓ ਚੰਡੀਗੜ੍ਹ ਵੀ ਹੈ ਪੰਜਾਬ ਚ ਵੀ ਤੁਹਾਨੂੰ ਲੱਗਦਾ ਕਿ ਪ ਪੰਜਾਬੀ ਦਰਸ਼ਕਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਥੀਏਟਰ ਇੱਕ ਬਹੁਤ ਵੱਡਾ ਆਰਟ ਹੈ ਇਹਦੀ ਪੰਜਾਬੀ ਜੀਵਨ 'ਚ ਬਹੁਤ ਸ਼ਾਨਦਾਰ ਭੂਮਿਕਾ ਹੈ ਖਾਸ ਤੌਰ ਤੇ ਅਸੀਂ ਜਦੋਂ ਕਿਤੇ ਵੀ ਸੋਸਾਇਟੀ ਬਰੋਕ ਹੁੰਦੀ ਹੈ ਜਿਵੇਂ ਕਿ ਅਸੀਂ ਦੇਖਿਆ 1978 ਤੋਂ ਲੈ ਕੇ 1995 ਤੱਕ ਪੰਜਾਬ 'ਚ ਜਿਹੜੀ ਕਤਲੋਗਾਰਥ ਹੋਈ ਉਸ ਲਈ ਪੰਜਾਬੀ ਨਾਟਕ ਦੀ ਭੂਮਿਕਾ ਕਿੰਨੀ ਵੱਡੀ ਸੀ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬੀ ਦਰਸ਼ਕਾਂ ਨੂੰ ਚਾਹੀਦਾ ਯਾਰ ਕਿ ਉਹ ਨਾਟਕ ਕਲਾ ਨੂੰ ਜਿੰਦਾ ਰੱਖਣ ਤੇ ਉਹਦਾ ਤਰੀਕਾ ਇਹੀ ਹੈ ਕਿ ਜੇ ਟਿਕਟ ਲੱਗਦੀ ਹੈ ਤਾਂ ਟਿਕਟ ਖਰੀਦ ਲੈਣ ਜਾਂ ਸਾਡੇ ਵਰਗਾ ਕੋਈ ਅਪੀਲ ਕਰਦਾ ਕਿ ਯਾਰ ਤੁਸੀਂ ਕਯੂਆਰ ਕੋਡ ਨਹੀਂ ਸਮਝੋ ਸੋਪਲੀ ਵੀ ਤਾਂ ਸਾਨੂੰ ਉਸ ਦਿਨ ਕਿਸੇ ਨੇ 5000 ਪਾਤੇ ਕਿਸੇ ਨੇ 2000 ਪਾਤੇ 500 500 ਤਾਂ ਕਈ ਲੋਕਾਂ ਨੇ ਪਾਤੇ ਤਾਂ ਉਹਨਾਂ ਨੇ ਖੁਸ਼ੀ ਨਾਲ ਪਾਇਆ ਅਸੀਂ ਤਾਂ ਕਿਹਾ ਨਹੀਂ ਸਿੱਸਤਾ ਕਿਹਾ ਜੀ ਹਮੇਸ਼ਾ 10 ਰੁਪਏ ਵੀ ਦੇ ਦਿਓ ਵੀ ਆਰ ਥੈਂਕਫੁਲ ਪਰ ਲੋਕਾਂ ਨੇ ਸਾਨੂੰ 5-5000 ਰੁਪਏ ਉਸ ਦਿਨ ਪਾਤੇ ਐਵੇਂ ਥੋੜੀ ਮਤਲਬ ਕਿ 52000 ਰੁਪਏ ਇਕੱਠਾ ਹੋ ਗਿਆ ਤਾਂ ਪੰਜਾਬੀ ਦਰਸ਼ਕ ਇਹੀ ਕੰਮ ਕਰ ਸਕਦੇ ਆ ਥੀਏਟਰ ਜਿੰਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀ ਸੋ ਪਾਲੀ ਭਵਿੰਦਰ ਜੀ ਸਾਡੇ ਨਾਲ ਗੱਲਬਾਤ ਕਰਕੇ ਗਏ ਨੇ ਦੱਸਿਆ ਅਸੀਂ ਅੱਜ ਕੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਦੇ ਵਿੱਚ ਅੱਜ ਉਹਨਾਂ ਦਾ ਜਿਹੜਾ ਨਾਟਕ ਸੀ ਜਾਮ ਉਹਦਾ ਮੰਚਨ ਹੋਇਆ ਕੱਲ 25 ਮਈ ਨੂੰ ਸ਼ਾਮ ਦੇ ਠੀਕ 6 ਵਜੇ ਇੱਕ ਵਾਰ ਫਿਰ ਤੋਂ ਹੋਏਗਾ ਉਸ ਤੋਂ ਬਾਅਦ 30 ਤਰੀਕ ਨੂੰ ਜਿਹੜੇ ਲੋਕ ਰਹਿ ਜਾਣੇ 30 ਤਰੀਕ ਨੂੰ ਮਿਨੀ ਟੈਗੋਰ ਦੇ ਵਿੱਚ ਚੰਡੀਗੜ੍ਹ ਜਾ ਕੇ ਵੀ ਤੁਸੀਂ ਇਸ ਨਾਟਕ ਨੂੰ ਦੇਖ ਸਕਦੇ ਹੋ ਰਜ਼ਕੀਨ ਮੰਨਿਓ ਜਾਮ ਨਾਟਕ ਜੇਕਰ ਤੁਸੀਂ ਨਹੀਂ ਦੇਖਿਆ ਅੱਜ ਦੇ ਦੌਰ ਚ ਤਾਂ ਤੁਸੀਂ ਸ਼ਾਇਦ ਅੱਜ ਦਾ ਥੀਏਟਰ ਮਿਸ ਕਰ ਜੋਗੇ ਅੱਜ ਦੇ ਥੀਏਟਰ ਚ ਕੀ ਕੋਈ ਚੱਲ ਰਿਹਾ ਹੈ ਅੱਜ ਦਾ ਸਮਾਜ ਕਿਸ ਤਰੀਕੇ ਦੇ ਨਾਲ ਅੱਗੇ ਵਧ ਰਿਹਾ ਹੈ ਆ ਭਵਿਕ ਸਮਾਜ ਦਾ ਕੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਨਾਟਕ ਜਾਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪਾਲੀ ਭੁਪਿੰਦਰ ਹੋਰਾਂ ਨੇ 9 ਸਾਲ ਬਾਅਦ ਥੀਏਟਰ ਦੇ ਵਿੱਚ ਕਮਬੈਕ ਕੀਤਾ ਤੇ ਬੜੇ ਕਮਾਲ ਦਾ ਕੀਤਾ ਕੈਮਰਾ ਪਰਸਨ ਲੱਕੀ ਦੇ ਨਾਲ ਮੈਰਾ ਓਵਰਿੰਦਰ ਸਿੰਘ ਬੈਣੀਪਾਲ ਔਨ ਏਅਰ ਪਟਿਆਲਾ